ਤੇ ਬ੍ਰੇਕ ਤੋਂ ਬਾਅਦ ਜੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਮੇਰੇ ਐਕਸਟ੍ਰੀਮ ਲੈਫਟ ਤੇ ਬੈਠੇ ਨੇ ਅਮਨਪ੍ਰੀਤ ਸਿੰਘ ਜੀ, ਔਰ ਐਕਸਟ੍ਰੀਮ ਰਾਈਟ ਤੇ ਮੇਰੇ ਬੈਠੇ ਨੇ ਤ੍ਰਿਲੋਕ ਸਿੰਘ ਜੀ। ਵਰਜੀਨੀਆ ਦੇ ਉੱਤੇ ਇਸ ਧਰਤੀ ਦੇ ਉੱਤੇ ਆ ਕੇ ਅਸੀਂ ਹੁਣ ਅੱਜ ਦਾ ਮੁੱਦਾ ਕਰ ਰਹੇ ਹਾਂ ਔਰ ਲੋਕਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਡਾਇਸਪੋਰਾ ਕਿਸ ਤਰੀਕੇ ਨਾਲ ਫਿਕਰਮੰਦ ਹੈਗਾ ਉਹਨਾਂ ਮੁੱਦਿਆਂ ਨੂੰ ਲੈ ਕੇ, ਉਹਨਾਂ ਮਸਲਿਆਂ ਨੂੰ ਲੈ ਕੇ ਜੋ ਕਿ ਪੰਜਾਬ ਦੇ ਵਿੱਚ ਵਸਦੇ ਵਸਨੀਕਾਂ ਦੇ ਲਈ ਬਣੇ ਹੋਏ ਨੇ ਮਸਲੇ, ਔਰ ਉੱਥੇ ਦੇ ਸਿਆਸਤਦਾਨਾਂ ਨੇ ਜੋ ਮਸਲੇ ਇਹ ਬਣਾਏ ਹੋਏ ਨੇ, ਆਖਿਰਕਾਰ ਕਿਸ ਤਰੀਕੇ ਦਾ ਕੰਕਲੂਜਨ ਹੋ ਸਕਦਾ ਇਹਨਾਂ ਗੱਲਾਂ ਦੇ ਉੱਤੇ। ਅਸੀਂ ਗੱਲਾਂ ਦੇਖ ਲਈਆਂ ਕਿ ਇਹ ਤਾਂ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਹਨ, ਲੇਕਿਨ ਹੁਣ ਇਹਨਾਂ ਗੱਲਾਂ ਦੇ ਉੱਤੇ ਅਮਲੀ ਜਾਮਾ ਕਿਸ ਤਰੀਕੇ ਨਾਲ ਪਹਿਨਾਇਆ ਜਾ ਸਕਦਾ ਔਰ ਗਰਾਊਂਡ ਲੈਵਲ 'ਤੇ ਕਿਵੇਂ ਕੰਮ ਹੋ ਸਕਦਾ ਔਰ ਕਿਵੇਂ ਇਹਨੂੰ ਇੰਪਲੀਮੈਂਟ ਕੀਤਾ ਜਾ ਸਕਦਾ, ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ, ਧੰਨਵਾਦ ਹਰਕੀਰਤ ਜੀ ਇੱਕ ਵਾਰੀ ਫਿਰ। ਅਤੇ ਗੱਲ ਅਸੀਂ ਪਹਿਲਾਂ ਸ਼ੁਰੂ ਕੀਤੀ ਸੀ, ਗੱਲ ਨੀਅਤ ਦੀ ਹੋਵੇ ਸਾਫ਼ ਅਤੇ ਜ਼ਰੂਰ ਇਹ ਮਸਲੇ ਹੱਲ ਹੋ ਸਕਦੇ ਨੇ। ਐਸੀ ਗੱਲ ਨਹੀਂ ਜੇ ਆਪਾਂ ਜਿਸ ਜਗ੍ਹਾ 'ਤੇ ਬੈਠੇ ਹਾਂ ਅਮੈਰੀਕਾ 'ਚ, ਇੱਥੇ ਜੇ ਹਰ ਚੀਜ਼ ਦਾ ਹੱਲ ਹੈਗਾ, ਗੱਲ ਸਿਰਫ਼ ਨੀਅਤ ਸਾਫ਼ ਦੀ ਆ। ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਬੇਨਤੀ ਆ, ਰਿਕੁਐਸਟ ਆ ਕਿ ਉਹਨਾਂ ਪੋਲੀਟੀਸ਼ੀਅਨਸ ਦਾ, ਉਹਨਾਂ ਲੋਕਾਂ ਦਾ, ਉਹਨਾਂ ਪਾਰਟੀਆਂ ਦਾ ਸਾਥ ਦਿਓ ਜਿਹੜੇ ਤੁਹਾਡੇ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਨ, ਜਿਹੜੀਆਂ ਕੋਈ ਧਰਮਾਂ ਦਾ ਕਾਰਡ ਨਾ ਖੇਡਣ, ਕੋਈ ਇਹੋ ਜਿਹੇ ਕਾਰਡ ਤੋਂ ਬਚ ਕੇ ਰਹੋ ਅਤੇ ਸਿਰਫ਼ ਇੱਕ ਇਹੋ ਜਿਹੀ ਸੱਚੀ ਸੋਚ ਦਾ ਸਾਥ ਦਿਓ, ਚਾਹੇ ਉਹ ਆਪਣਾ ਆਮ ਆਦਮੀ ਪਾਰਟੀ ਹੈ ਜਾਂ ਕੋਈ ਹੋਰ ਵੀ ਥਰਡ ਫਰੰਟ ਹੈ ਜਿਹਦੇ ਤੋਂ ਤੁਹਾਨੂੰ ਉਮੀਦ ਦੀ ਨਜ਼ਰ ਆਉਂਦੀ ਆ, ਉਹ ਭਗਤੀ ਵਾਲੀ ਪੋਲੀਟਿਕਸ ਛੱਡ ਕੇ ਅਤੇ ਸੱਚ ਦਾ ਸਾਥ ਦਿਓ ਅਤੇ ਉੱਧਰ ਚੱਲੋ ਜਿਹਦੇ ਵੱਲੋਂ ਵੀ ਤੁਹਾਨੂੰ ਤੀਜਾ ਫਰੰਟ ਹੋਵੇ ਜਾਂ ਉਮੀਦ ਦੀ ਨਜ਼ਰ ਆਵੇ, ਉਸ ਬੰਨੇ ਚੱਲੀਏ ਤਾਂ ਕਿ ਆਪਣਾ ਪੰਜਾਬ ਦਾ ਭਲਾ ਕਰ ਸਕੀਏ, ਪੰਜਾਬੀਅਤ ਬਚਾ ਸਕੀਏ, ਆਉਣ ਵਾਲੀ ਪੀੜ੍ਹੀ ਬਚਾ ਸਕੀਏ ਜੀ। ਅਤੇ ਜਿੱਥੇ ਤੁਹਾਨੂੰ ਲੱਗਦਾ ਉੱਥੇ ਤੁਸੀਂ ਜਾ ਸਕਦੇ ਹੋ। ਜਸ ਬ੍ਰੋਡਕਾਸਟਿੰਗ ਕਿਸੇ ਗੱਲ ਦੀ ਤਜਵੀਜ਼ ਨਹੀਂ ਰੱਖਦਾ, ਤੁਹਾਡਾ ਮਨ ਹੈ, ਤੁਸੀਂ ਆਪਣੇ ਗੱਲਾਂ ਨੂੰ ਜਾਣਦੇ ਹੋ, ਤੁਸੀਂ ਆਪਣੇ ਮੁੱਦਿਆਂ ਨੂੰ ਜਾਣਦੇ ਹੋ। ਅਤੇ ਲੋਕ ਸਿੰਘ ਜੀ ਹੋਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਕਿ ਉਹ ਕਿਸ ਤਰੀਕੇ ਦਾ ਭਵਿੱਖ ਚਾਹੁੰਦੇ ਨੇ ਔਰ ਉਹ ਕੀ ਕੰਕਲੂਜਨ ਕੱਢਣਾ ਚਾਹੁੰਦੇ ਨੇ। ਅਤੇ ਲੋਕ ਸਿੰਘ ਜੀ ਮੈਂ ਜਾਣਨਾ ਚਾਹਾਂਗਾ ਔਰ ਸਾਡੇ ਦਰਸ਼ਕ ਵੀ ਜਿਹੜੇ ਨੇ ਉਹ ਵੀ ਜਾਣਨਾ ਚਾਹਣਗੇ ਕਿ ਤੁਸੀਂ ਕੰਕਲੂਜਨ ਕੀ ਲੱਗਦਾ ਤੁਹਾਨੂੰ, ਕਿਸ ਤਰੀਕੇ ਨਾਲ ਸੁਨਹਿਰਾ ਕਰ ਸਕਦੇ ਹਾਂ ਆਪਾਂ। ਸੁਨਹਿਰਾ ਜਾਂ ਦਾਮ ਦੇਖਦੇ ਹਾਂ ਅਸੀਂ ਲੋਕ, ਕਿਉਂਕਿ ਸਾਡੇ ਮੁਲਕ ਨਾਲ ਸਾਨੂੰ ਪਿਆਰ ਹੈ, ਐਸੀ ਕੋਈ ਗੱਲ ਨਹੀਂ, ਕਿਉਂਕਿ ਸਾਰੇ ਗੁਰੂਆਂ ਨੇ ਸਾਰੇ ਪਰਿਵਾਰ ਸਮੇਤ ਉੱਥੇ ਆਪਣੀ ਫੈਮਿਲੀ ਨੂੰ ਸੈਕਰੀਫਾਈਸ ਕੀਤਾ, ਉਸ ਮੁਲਕ ਨੂੰ ਅਸੀਂ ਭੁੱਲ ਨਹੀਂ ਸਕਦੇ। ਲੇਕਿਨ ਜਦ ਅਸੀਂ ਇੱਥੇ ਬੱਚਿਆਂ ਨੂੰ ਅੱਛੀਆਂ ਪੋਸਟਾਂ ਉੱਤੇ ਲੱਗੇ ਕੰਮ ਕਰਦੇ ਦੇਖਦੇ ਹਾਂ, ਵੱਡੇ ਵੱਡੇ ਪ੍ਰੋਜੈਕਟ ਹੈਂਡਲ ਕਰਦੇ ਹਾਂ ਦੇਖਦੇ ਹਾਂ, ਅਤੇ ਦਿਲ ਵਿੱਚ ਨੈਚੁਰਲੀ ਖਿਆਲ ਆਉਂਦਾ ਕਿ ਸਾਡੇ ਹੀ ਬੱਚੇ ਨੇ, ਉਹਦੇ ਹਿੰਦੁਸਤਾਨ ਤੋਂ ਹੈਗੇ ਨੇ, ਅਤੇ ਇਹ ਚੀਜ਼ਾਂ ਹਿੰਦੁਸਤਾਨ ਵਿੱਚ ਕਿਉਂ ਨਹੀਂ ਕਰ ਸਕਦੇ। ਜਦ ਬੱਚਿਆਂ ਕੋਲੋਂ ਪੁੱਛਿਆ ਜਾਂਦਾ ਹੈ ਕਿ ਬੇਟੇ ਕੀ ਗੱਲ ਹੈ, ਅਗਰ ਇੱਥੇ ਸੜਕ ਵਿੱਚ ਇੱਕ ਇੰਚ ਗੱਡਾ ਨਹੀਂ ਆਉਂਦਾ, ਮੀਲਾਂ ਦੇ ਮੀਲ ਅਸੀਂ ਹੋ ਆਉਂਦੇ ਹਾਂ ਅਤੇ ਇੱਕ ਇੰਚ ਗੱਡਾ ਨਹੀਂ ਮਿਲਦਾ, ਅਤੇ ਸਾਡੇ ਇੰਡੀਆ 'ਚ ਕਿਉਂ ਇਹੋ ਜਿਹੀਆਂ ਸੜਕਾਂ ਨਹੀਂ ਬਣਦੀਆਂ? ਅਤੇ ਉਹਨਾਂ ਦਾ ਇਹ ਜਵਾਬ ਹੁੰਦਾ, ਪਾਪਾ ਉੱਥੇ ਦਾ ਕਰਪਸ਼ਨ, ਉੱਥੇ ਜੋ ਅਸੀਂ ਕਰਦੇ ਹਾਂ ਸਾਨੂੰ ਰਿਵਾਰਡ ਨਹੀਂ ਹੈਗਾ। ਅਤੇ ਇਸ ਚੀਜ਼ ਨੂੰ ਜਦ ਸੁਣਦੇ ਹਾਂ ਤਾਂ ਦਿਲ ਬੜਾ ਦੁਖੀ ਹੁੰਦਾ ਹੈ ਕਿ ਆਪਣਾ ਮੁਲਕ ਛੋੜ ਕੇ ਇਸ ਮੁਲਕ 'ਚ ਆ ਕੇ ਇੱਥੇ ਰਿਵਾਰਡ ਹੀ ਮਿਲਦਾ, ਸਭ ਕੁਛ ਹੈ, ਲੇਕਿਨ ਫਿਰ ਵੀ ਆਪਣਾ ਮੁਲਕ ਹੈ, ਉਹਦੀ ਯਾਦ ਆਉਂਦੀ ਹੈ। ਅਤੇ ਉੱਥੇ ਕਿਉਂ ਨਹੀਂ ਬੱਚੇ ਜਦ ਉੱਥੇ ਜਾਣਗੇ, ਜਦਕਿ ਨੇਤੇ ਬਿਲਕੁਲ ਹੀ ਕਲੀਅਰ ਹਾਰਟਿਡ ਕਿ ਇਹ ਮੁਲਕ ਸਾਡਾ ਹੈਗਾ ਅਤੇ ਇੱਥੇ ਅਸੀਂ ਹਰ ਇੱਕ ਬੱਚੇ ਦਾ ਭਵਿੱਖ ਦੇਖਣਾ ਹੈ, ਪੰਜਾਬ ਪੰਜਾਬੀਆਂ ਦਾ ਔਰ ਪੰਜਾਬੀਅਤ ਨੂੰ ਇਹ ਚਾਹੁੰਦੇ ਨੇ ਕਿ ਉੱਥੇ ਅਮਲੀ ਜਾਮਾ ਪਹਿਨਾਇਆ ਜਾਏ, ਗਰਾਊਂਡ ਲੈਵਲ 'ਤੇ ਇੰਪਲੀਮੈਂਟ ਕੀਤਾ ਜਾਏ। ਸਮਾਂ ਮੇਰੇ ਕੋਲ ਬਹੁਤਾ ਨਹੀਂ ਹੈਗਾ, ਲੇਕਿਨ ਮੈਂ ਗੱਲਾਂ ਜ਼ਰੂਰ ਕਰਨਾ ਚਾਹੁੰਦਾ ਸੀਗਾ। ਅੱਜ ਇਹਨਾਂ ਦੀ ਜਿਹੜੀ ਪੀੜਾ ਉਹ ਮੈਨੂੰ ਸਮਝ ਆਈ, ਇਹਨਾਂ ਦੀ ਨਮ ਅੱਖਾਂ ਵਾਕਈ ਹੀ ਬਿਆਨ ਕਰ ਰਹੀਆਂ ਹਨ ਕਿ ਕਿਸ ਤਰੀਕੇ ਦਾ ਸੰਤਾਪ ਇਹ ਹੰਡਾ ਕੇ ਆਏ ਨੇ ਔਰ ਕਿਸ ਤਰੀਕੇ ਦੇ ਤਸੀਹੇ ਇਹਨਾਂ ਨੂੰ ਸਹਿਣੇ ਪਏ। ਅੱਜ ਇਹ ਕਹਿੰਦੇ ਨੇ ਕਿ ਸੋਹਣਾ ਹੋਵੇ ਮੇਰਾ ਪੰਜਾਬ, ਹੱਸਦਾ ਰਹੇ ਮੇਰਾ ਪੰਜਾਬ ਔਰ ਰਹਿਵਾਂ ਮੈਂ ਵੀ ਖਿੜਾ ਹੋਇਆ ਔਰ ਰਹੇ ਮੇਰਾ ਪੰਜਾਬ ਵੀ ਖਿੜਿਆ ਹੋਇਆ। ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਨੂੰ ਅੱਜ ਦਾ ਮੁੱਦਾ ਵਧੀਆ ਲੱਗਿਆ ਹੋਣਾ, ਗਰਾਊਂਡ ਲੈਵਲ 'ਤੇ ਜਾ ਕੇ ਜਿਹੜੀ ਅਸੀਂ ਅੱਜ ਪੇਸ਼ਕਸ਼ ਤੁਹਾਡੇ ਸਾਹਮਣੇ ਰੱਖੀ ਹੈ, ਤਾਂ ਹਰਕੀਰਤ ਐਟ ਜਸ ਬ੍ਰੋਡਕਾਸਟਿੰਗ .com ਦੇ ਉੱਤੇ ਮੈਨੂੰ ਲਿਖ ਸਕਦੇ ਹੋ, ਇਨਫੋ ਐਟ ਜਸ ਬ੍ਰੋਡਕਾਸਟਿੰਗ .com ਦੇ ਉੱਤੇ ਮੈਨੂੰ ਲਿਖ ਸਕਦੇ ਹੋ ਔਰ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਔਰ ਆਪਣੇ ਫੀਡਬੈਕ ਵੀ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਮੈਨੂੰ ਅਮਨਪ੍ਰੀਤ ਸਿੰਘ ਜੀ ਨੂੰ ਅਤੇ ਤ੍ਰਿਲੋਕ ਸਿੰਘ ਜੀ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।